ਕਿੰਦਾ ਹਲੇ ਇਧਰ ਪਕੌੜੇ ਲੱਗਿਆ ਵਾ ਕੱਚੀ ਖਾਣ ਪੱਕ ਤਾਂ ਲੈਣ ਦੋ ਉਹਨੂੰ ਚਿਜ ਪਿਆਜ ਹਲੇ ਕੈੜਾ ਪਿਆ ਇਹ ਵਧੀਆ ਸਵਾਦ ਲੱਗਦਾ बंद कराता कहते पकौड़े बाद चो मिलने जे मूह खोलते पकौड़े बलू जाता ਸੀ ਪਹੁੰਚ ਗਿਆ ਭਾਈ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਰੋਪੜ ਤੇ ਆਏ ਆ ਜੀ ਹੁਣ ਪਨੀਰੀ ਦਾ ਪਤਾ ਕਰਕੇ ਆਏ ਜੀ ਨਾਲੇ ਥੋੜਾ ਜਿਹਾ ਬੈਂਕ 'ਚ ਕੰਮ ਤਾਂ ਆਪਾਂ ਨੂੰ ਬੈਂਕ 'ਚ ਜਾ ਕੇ ਆਏ ਆ ਤੇ ਪਨੀਰੀ ਦਾ ਮਾਸੜ ਨੇ ਕਰਿਆ ਜੀ ਪਤਾ ਮਾਸੜ ਦੱਸ ਬਾਈ ਕੀ ਕਹਿੰਦੇ ਆ ਉਹ ਮੈਂ ਤਾਂ ਬੈਂਕ 'ਚ ਗਿਆ ਹਾਂ ਜੀ ਹਾਂ ਪਨੀਰੀ ਦਾ ਮੈਂ ਪਤਾ ਕਰਿਆ ਆ ਇੱਕ ਉਹ ਕਹਿੰਦਾ 60 ਪੈਸੇ ਬੂਟਾ ਲੱਗੂਗਾ ਇੱਕ ਲੱਗਣਾ 75 ਪੈਸੇ ਕੀਨਾ ਗੋਭੀ ਆ ਕੋਈ ਵਧੀਆ ਗੋਭੀ ਆ ਕਹਿੰਦਾ ਉਹ ਜਿਹੜਾ 75 ਪੈਸੇ ਵਾਲਾ ਬੂਟਾ ਤਾਂ ਉਹ 60 ਪੈਸੇ ਨੂੰ ਕਰਿਆ ਜਾਂਦਾ ਉਹਦੇ ਦਾ ਅੱਛਾ ਮਹਾਂ ਵੀ ਅੱਜ ਸਾਨੂੰ 1500 ਬੂਟਾ ਦੇ ਦੇ 1500 ਬੂਟਾ ਕਰਿਆ ਬਾਈ 7000 ਬੂਟਾ ਮਹਾਂ ਅਸੀਂ ਕੱਲ ਨੂੰ ਕਰਾਂਗੇ ਬੁੱਕ ਤੇ ਵਿਆਹ ਜਿਹੜਾ 1500 ਬੂਟਾ ਲਿਆਉਣਾ ਨਾਲ ਉਹਦੇ ਵੀ ਪਤਾ ਲੱਗ ਜੂ ਕਿਹੋ ਜਿਹਾ ਬੂਟਾ ਉਹਦਾ ਕਿਹੋ ਜਿਹਾ ਬੂਟਾ ਹੈ ਜਿਹਨੇ ਉਹਨਾਂ ਸਾਨੂੰ ਵਧੀਆ ਦਿਖਾਇਆ ਤੇ ਹਾਥੀ ਵਾਲਾ ਕੰਮ ਨਾ ਉਹ ਵੀ ਦੰਦ ਦਿਖਾਉਣ ਵਾਲੇ ਹੋਰ ਖਾਣੇ ਵਾਲੇ ਹੋਰ ਹੈ ਕਹਿੰਦਾ ਸੁੱਕੇ ਚ ਲਾ ਦੋ ਪਾਣੀ ਲਾ ਦਿਓ ਬਾਅਦ ਮਾ ਚੱਲ ਠੀਕ ਹੈ ਨਵੇੜ ਕੇ ਰੱਖਿਓ ਕੰਮ ਹੱਥੋਂ ਹੀ ਲੱਗਣਾ ਉੱਥੇ ਕੰਮ ਚਲੋ ਬਾਕੀ ਦਿਖਾਉਂਦੇ ਜੀ ਬੂਟਾ ਤੁਹਾਨੂੰ ਫਿਰ ਕਿਹਾ ਜਾ ਬਾਕੀ ਲਾਉਂਦੇ ਜੀ ਗੋਭੀ ਹੁਣ ਬਾਕੀ ਬਾਈ ਇੱਕ ਆਲੂ ਵਾਲੀ ਮਸ਼ੀਨ ਜੇ ਪਕਾਊ ਹੋਵੇ ਕਿਸੇ ਕੋਲ 2-3 ਸਾਲ ਪੁਰਾਣੀ ਹੋਵੇ ਆਲੂ ਵਾਲੀ ਮਸ਼ੀਨ ਚਾਹੀਦੀ ਆਪਾਂ ਨੂੰ ਮੁੰਡੇ ਨੇ ਲੈਣੀ ਆਪਣੇ ਯਾਰ ਦੋਸਤ ਨੇ ਕਿਸੇ ਨੇ ਆਲੂ ਪੱਟਣ ਵਾਲੀ ਮਸ਼ੀਨ ਹੁੰਦੀ ਜਿਹੜੀ ਪਕਾਊ ਹੋਵੇ ਪੱਟਣ ਵਾਲੀ ਚਾਹੀਦੀ ਆ ਲਾਉਣੇ ਵਾਲੀ ਨਹੀਂ ਚਾਹੀਦੀ ਆਲੂ ਵਾਲੀ ਮਸ਼ੀਨ ਪਾਣੀ ਲਾਉਂਦੇ ਹਾਂ ਜੀ ਸੱਜਲ ਸਵਾਰੀ ਹੈ ਜੀ ਪੈਪ ਨਾਲ ਤਾਂ ਪਾਣੀ ਦੀ 2 ਵਾਰ ਪੈਪ ਖੁੱਲ੍ਹ ਲਿਆ ਦੇਖਦੇ ਬਾਕੀ ਹੁਣ ਚੱਲ ਪਵੇ ਜੀ 2 ਵਾਰ ਪਾਣੀ ਦਾ ਪੈਪ ਖੁੱਲ੍ਹ ਲਿਆ ਸੱਜਲ ਸਵਾਰੀ ਜ਼ਿਆਦਾ ਆ ਜਿਹੜੀ ਕਣਕ ਬੀਜੀ ਆ ਭਰੀ ਪਈ ਯਾਰ ਜੰਮੇ ਆਉਣੀ ਇਹਨੂੰ ਤਾਂ ਪਾਣੀ ਲਾ ਦੇਣਾ ਮੈਂ 2 ਕੁ ਦਿਨ ਤੱਕ ਛੇਤੀ ਜੰਮੇ ਆਉਣੀ ਰੇਤਾ ਦਾ ਪਿਆ ਹੀ ਨਹੀਂ ਪਾਣੀ ਪੀ ਲੈਣਾ ਯਾਰ ਇਹ ਕਿਹੜੇ ਡਾਕਰ ਖੇਤ ਆ ਵੀ ਗਿੱਲ ਨਹੀਂ ਛੱਡਣੀ ਰੇਤਾ ਦਾ ਪਿਆ ਇਹ ਇੱਕੋ ਆ ਗਿਆ ਜ਼ੂਮ ਕਰਕੇ ਦਿਖਾ ਦੇ ਅਸ਼ਵੀਰ ਲਓ ਜੀ ਗੰਨੇ ਕੋਲ ਤਾਂ ਆਇਆ ਗੰਨੇ ਨੂੰ ਚੱਲਦੀਆਂ ਮੋਟਰ 238 ਨੂੰ ਚਲਾਈ ਹੋਈ ਆ ਜੀ ਉੱਧਰ ਚੂਹਾ ਲੱਗਿਆ ਹੋਇਆ ਮੈਂ ਹੁਣ ਪਾਣੀ ਲਾ ਦਈਏ ਹਲੇ ਤਾਂ ਇੱਥੇ ਆ 2-3 ਪਰਚੀਆਂ ਔਰਲੀ ਸਾਡੇ ਖੜੀਆਂ ਆਪਣੀਆਂ ਜਾਨੂੰ ਬੱਤ ਆ ਜਾਣਾ ਮੈਂ ਦਿੰਦੇ ਹੋ ਮੈਂ ਇੱਕ ਪਾਣੀ ਲਾ ਦਈਏ ਹੋਰ ਅਤੇ ਤਿੰਦੇ ਕੋਲ ਆਇਆ ਤਾਂ ਹੁਣ ਭਾਈ ਆ ਗਈ ਚਲੋ ਚੱਲੀਏ ਹੁਣ ਆ ਗਏ ਬਸ ਤੇਰਾ ਗੰਨਾ ਕੱਲ੍ਹ ਲੱਦਣਾ ਥੋੜ੍ਹੀ ਕੱਢੀ ਕੱਲ੍ਹ ਕੱਢੂ ਲੱਦੂਗੇ ਲੈ ਫਿਰ ਤਾਂ ਟੈਂਸ਼ਨ ਹੀ ਮੈਂ ਤਾਂ ਆਏ ਤਾਂ ਮੈਂ ਤਿੰਦੇ ਨੇ ਗੰਨਾ ਲੱਦਣ ਜਾਣਾ ਹੁਣ ਲੈ ਫਿਰ ਚੱਲ ਤਿਆਰੀ ਕਰ ਲੈ ਫੋਨ ਤਾਂ ਆਇਆ ਨਹੀਂ ਮੈਨੂੰ ਹਲੇ ਤੱਕ ਲੱਦਣ ਫਿਰ ਜੱਸੇ ਦੇ ਵੜਦੇ ਆ ਬਾ ਠੀਕ ਆ ਬੀਜ ਲੈਂਦਾ ਜੀ ਗੋਭੀ ਦਾ ਹੁਣ ਗੋਭੀ ਲਾਉਣੀ ਆਪਾਂ ਨੇ ਕਰਦੇ ਜਾ ਕੇ ਤਿਆਰੀ ਮੈਂ ਇੱਕ ਬੰਡ ਕੱਖਾਂ ਦੀ ਵੱਢ ਲਿਆ ਬਸ ਜਾਨੂੰ ਤੁਸੀਂ ਚਲੋ ਉੱਥੇ ਕੱਖਾਂ ਦੀ ਵੱਢਣੀ ਤਾਂ ਤਿਆਰੀ ਹੈ ਜੀ ਚੱਲ ਚੱਲੀਏ ਬਾਈ ਹੈ
ਰਵੀ ਗੋਭੀ ਤਿਆਰੀ ਆ ਤਿਆਰੀਆਂ ਕਰ ਲਈਆਂ ਪੱਧਰੀਆਂ ਬਾਕੀ ਪਹੁੰਚ ਰਹੇ ਆ ਹਲੇ ਕਿੰਦੇ ਨਹੀਂ ਆਉਂਦੇ ਆ ਜੀ ਸਮਾਨ ਵੀ ਕੋਲੇ ਚੱਕ ਲਿਆਂਦਾ ਦੇਸੀ ਸ਼ੈਫ ਨੇ ਇੱਥੇ ਚੱਲਣਾ ਜੀ ਕਿਹੜਾ ਕਿ ਸਮਾਨ ਬਣਾਉਣਾ ਬਾਈ ਪਨੀਰ ਚੱਲੂ ਅੱਜ ਪਨੀਰ ਆਲੂ ਪਿਆਜ਼ ਮਿਕਸ ਪਰੌਂਠੇ ਮਿਕਸ ਸਾਰਾ ਕੁਝ ਚੱਲੂ ਬਹੁਤ ਠੀਕ ਆ ਮਿਕਸ ਚੱਲੂਗਾ ਜੀ ਸਾਰਾ ਕੁਝ ਅੱਜ ਦੇਖਦੇ ਬਾਕੀ ਚਾਹ ਵੀ ਲਿਆਉਂਦੇ ਕਰਦੇ ਚਾਹ ਨੂੰ ਕਰਦੇ ਆਪਾਂ ਚਾਹ ਬਣਾ ਦਿਓ ਵਧੀਆ ਜੀ ਬਾਕੀ ਲੱਗਿਆ ਜੀ ਤਿਆਰੀ ਕਰਨਾ ਐਤਕੀ ਮਾਸੜ ਪਨੀਰੀ ਬਹੁਤ ਵਧੀਆ ਲੈ ਕੇ ਆਏ ਜੀ ਗੋਭੀ ਦੀ ਪਨੀਰੀ ਦਾ ਬੂਟਾ ਦਿਖਾ ਮਾਸੜ ਜਿਹੜੀ ਲਿਆਂਦੀ ਆ ਹੁਣ ਇੱਥੇ ਖੇਤ ਵਿੱਚ ਦੇਖਣੇ ਸਾਰਾ ਕੁਝ ਲੱਗਿਆ ਵਾ ਹਾਂ ਮਾਸੜ ਕਹਿੰਦਾ ਖੇਤ ਤੋਂ ਦਿਖਣੇ ਹਾਂ ਸਾਨੂੰ ਲੇਟ ਹੋ ਗਿਆ ਜੀ ਥੋੜੇ ਜਿਹਾ ਕੰਮ ਨਿਬੇੜ ਕੇ ਆਇਆ ਸਾਰੇ ਭਾਈ ਐਨ ਪੈਸੇ ਚੱਕੋ ਜਾਇਓ ਨਾ ਪਨੀਰੀ ਬਹੁਤ ਵਧੀਆ ਜੀ ਐਤਕੀ ਐਨ ਮੋਟਾ ਡੱਕਾ ਪਨੀਰੀ ਪੂਰੀ ਪਨੀਰੀ ਕੈਮ ਲੈ ਕੇ ਆਇਆ ਐਤਕੀ ਤਾਂ ਇਹ ਲੈ ਆ ਬੱਚੇ ਕੱਖ ਲਈ ਫਿਰਦੇ ਆ ਕੱਖ ਦਾ ਕੁਝ ਨਹੀਂ ਮੋਟਾ ਡੱਕਾ ਇਹਨੂੰ ਪੂਰਾ ਬਾ ਠੀਕ ਆ ਮਾਸਾ ਹੁਣ ਫੋਟੋ ਨਾਲ ਹੋ ਜਾ ਮੈਂ ਵੀ ਦੇਖ ਕੇ ਚੱਕਣੀ ਆ ਜਾ ਆਇਓ ਨਾ ਤੂੰ ਬਣਾ ਗੁੱਛੀਆਂ ਜੀਆਂ ਬਣਾ ਲੈ ਥੋੜੀ ਹੌਸਲਾ ਜਾ ਕਰ ਦਵਾ ਕਾਇਮ ਵੀ ਇਹਨਾਂ ਨੂੰ ਲੱਗਿਆ ਨਹੀਂ ਇਹਨਾਂ ਨੇ ਕਹਿਣਾ ਮਾਸਟਰ ਵੀ ਪ੍ਰਧਾਨ ਵਾਂਗ ਟਲਣੇ ਲੱਗ ਗਿਆ ਲੈ ਆਏ ਚੰਗੀ ਤਰ੍ਹਾਂ ਆਏ ਡਰਦਾ ਕੀ ਇਹਨੂੰ ਆਏਗਾ ਆਏ ਤੋਂ ਲਾਉਣੀ ਟੁੱਟਣਾ ਜਾਵੇ ਨਹੀਂ ਟੁੱਟਦੀ ਟੁੱਟਣ ਨੂੰ ਕਿਆ ਉਹ ਹੈ ਆਪ ਚੈੱਕ ਕਰਾ ਗੁੱਛੀ ਉੱਠ ਕੇ ਪੜਾੜੀ ਸੀ ਬੁਕੇ ਹੋਰ ਆਹ ਹੁੰਦੀ ਆ ਪਨੀਰੀ ਮਰਿਆ ਵਾ ਸੱਪ ਪਿਛਲੀ ਵਾਰ ਪਨੀਰੀ ਠੋਈ ਨਹੀਂ ਆਪਣੀ ਹੁਣ ਪਨੀਰੀ ਦੀ ਗੱਲ ਬਣੂਗੀ ਅੱਜ ਕੀ ਹੁਣ ਗਾਹਾਂ ਗਾਹਾਂ ਭੇਤ ਪਈ ਜਾਂਦਾ ਕੋਈ ਵੀ ਕੰਮ ਹੈ ਪਹਿਲੀ ਵਾਰ ਹੁਣ ਆਪਾਂ ਨੂੰ ਪਤਾ ਨਹੀਂ ਤਾਂ ਇੰਨਾ ਹੁਣ ਗਾਹਾਂ ਗਾਹਾਂ ਪਤਾ ਲੱਗੀ ਜਾਣਾ ਕੰਮ ਦਾ ਹੈ ਨਹੀਂ ਮਸਲਾ ਆਹ ਪਨੀਰੀ ਕਾਇਮ ਹੈ ਪਨੀਰੀ ਕਾਇਮ ਹੈ ਜ਼ਿਆਦਾ ਬਰੀਕ ਇਹਨੂੰ ਇਹਨੇ ਰੱਖ ਲਓ ਜੇ ਬਚ ਗਈ ਤਾਂ ਲਾ ਦੂੰਗੇ ਨਹੀਂ ਕੱਲ ਨੂੰ ਹੋਰ ਲਿਖਣੀ ਹੋਵੇ ਬਾਈ ਪਨੀਰੀ ਉਹ ਵੀ ਲਿਆਈਏ ਨਾਲ ਫਿਰ ਕੱਲ ਨੂੰ ਸ਼ਿਮਲਾ ਮਿਰਚ ਉਹ ਵੀ ਲਿਆਵਾਂ ਸ਼ਿਮਲਾ ਮਿਰਚ ਦੇ ਬੂਟੇ ਵੀ ਥੋੜ੍ਹੀ ਜਿਹੀ ਚੱਕ ਕੇ ਦੇਖ ਕੇ ਉਦੋਂ ਹੀ ਲਾ ਦਾ ਲੋ ਜੀ ਕਰਤਾ ਸ਼ੁਰੂ ਕੰਮ ਆਪਾਂ ਨੇ ਮਹਾਰਾਜ ਦੀ ਕਿਰਪਾ ਨਾਲ ਗੋਭੀ ਦੀ ਲਵਾਈ ਫੇਰ ਸ਼ੁਰੂ ਹੈ ਇੱਕ ਵਾਰ ਆਪਾਂ ਨੇ ਵੇਚ ਆਂਦੀ ਇੱਕ ਵਾਰੀ ਪ੍ਰੋਫਿਟ ਪੂਰਾ ਖੱਟ ਲਿਆ ਗਿਆ ਹੁਣ ਇੱਕ ਵਾਰ ਪੂਰੇ ਪੈਸੇ ਦੇ ਗਈ ਗੋਭੀ ਇੱਕ ਵਾਰ ਤਾਂ 8 ਲੱਖ ਰੁਪਏ ਲੈ ਕੇ ਆਂਦਾ ਇੱਧਰ ਮਾਸਟਰ ਨਹੀਂ ਬਾਈ ਬਣਾ ਰਹੇ ਕਹਿ ਰਹੇ ਪਤਾ ਜਿਹਾ ਕਰਦੇ ਜਲਦੀ ਕੰਮ ਉੱਤੀ ਖਾਣਾ ਉੱਤੀ ਦਾਣਾ ਉੱਤੀ ਚੱਲਦਾ ਕੰਮ ਹੈ ਅਮਰੀਕਾ ਹੀ ਬਣਾਈ ਪਈ ਆ ਲਓ ਜੀ ਪਕੌੜੇ ਵੱਢਣੇ ਆ ਹੈ ਪਨੀਰ ਦੇ ਪਕੌੜੇ ਕੱਢ ਦਿੰਦੇ ਮੈਂ ਕਿਹਾ ਬੇਸਣ ਮੁੱਲ ਲੈ ਕੇ ਆਏ ਆ ਹੁਣ ਤਾਂ ਦੱਸ ਦਿੰਦੇ ਕਿ ਕੋ ਪਿਆ ਦਾ ਫੇਰ ਸਹੀ ਕਿ ਜੱਟ ਜੇ ਫੇਰੇ ਆਈ ਜਾਣੇ ਮੈਂ ਮੋੜ ਆਉਣਾ ਬਿੱਲੂ ਨੂੰ ਮੋੜ ਕੇ ਨਹੀਂ ਆਉਣਾ ਪਰਸੋਂ ਨੂੰ ਫੇਰ ਨਹੀਂ ਲਾਉਣਾ ਜਾਣੀ ਹੋਣ ਰੋਜੇ ਆਏ ਹੋ ਰਹਿਣਾ ਤੁਹਾਡੇ ਕੋਲ
ਬਾਈ ਮਿਲ ਗਈ ਤੇ ਬਾਈ ਦੀ ਗੁੱਬੀ ਲਾਉਣ ਲੱਗੇ ਬੰਦੇ ਬੰਦੇ ਮੈਂ ਤਾਂ ਗੁੱਟੀਆਂ ਪਰਾਮ ਲਾ ਕੇ ਦਿੰਦੇ ਡੀਸੀ ਬਾਈ ਦੀਸੀ ਸੇਵਾ ਹੈਗੀ ਭਾਈ ਇਹਨੇ ਗੁੱਟੀਆਂ ਖੋ ਹੋ ਕੇ ਫੜਾਈ ਜਾਣੀਆਂ ਬੰਦਿਆਂ ਨੂੰ ਹਾਂ ਤੈ ਲਾ ਕੇ ਬਾਕੀ ਬੰਦੇ ਆਪਣੇ ਕੋਲ ਪਹੁੰਚ ਗਏ ਸਾਰੇ ਹੀ ਮਿਲੋ ਭਾਈ ਜਗਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਜੀ ਪਹੁੰਚ ਗਏ ਭਾਈ ਪਹਿਲਾਂ ਲੱਗਿਆ ਤਾਂ ਪਾਣੀ ਲਾਉਣ ਕਣਕ ਨੂੰ ਤੇ ਆਪਣਾ ਹੁਣ ਭਰ ਗਿਆ ਤਕਰੀਬਨ ਜਿਹੜੇ ਹਿਸਾਬ ਨਾਲ ਬੰਦੇ ਆ ਕੰਮ ਅਧੇ ਘੱਟਦਾ ਵੀ ਨਹੀਂ ਹੈਗਾ ਕੰਮ ਤਾਂ ਕੁਛ ਨਹੀਂ ਇੱਕ ਦੋ ਇਕੱਠ ਕਰਿਆ ਇਹਨਾਂ ਨੇ ਨਾ ਇਹ ਗੱਲਾਂ ਬਾਤਾਂ ਵਧੀਆ ਹੁੰਦਾ ਵਧੀਆ ਹੁੰਦਾ ਨਾ ਇਹ ਵੀ ਮੇਲਾ ਭਰਿਆ ਰਹੂੰਗਾ ਮੇਲਾ ਤਾਂ ਹੀ ਵਧੀਆ ਲੱਗੂਗਾ ਜੇ ਆਉਂਗੇ ਬੰਦਾ ਇਕੱਠ ਹੋਊਗਾ ਤੇ ਬਾਕੀ ਆਪਣਾ ਅੱਧਾ ਕੁ ਰਹਿ ਗਿਆ ਪਾਣੀ ਆਉਣੇ ਤੇ ਆਪਣਾ ਉਹ ਮੋਟਰ ਵਾਲਾ ਟਰਾਂਸਫਾਰਮ ਸੜ ਗਿਆ ਇੱਕ ਦੋ ਦਿਨ ਤੱਕ ਦੇਖਦੇ ਉਹ ਵੀ ਦਿਖਾਉਂਦੇ ਹਾਂ ਅਤੇ ਉਹਨੂੰ ਸਟਾਰਟਿੰਗ ਕਰੂੰਗੇ ਪਾਣੀ ਠੇਕੇ ਵਾਲੀ ਜ਼ਮੀਨ ਦਾ ਰਹਿ ਗਿਆ ਵਾ ਪਾਣੀ ਲਾਉਣਾ ਆਪਣੀ ਯਾਰ ਸਾਰਿਆਂ ਲੱਗ ਗਿਆ ਛੋਟੇ ਆ ਬੂਟੇ ਜਿਹੜੇ ਬੜੇ ਆ ਠੀਕ ਆ ਚਮਕਦਾ ਨੀ ਅਸੀਂ ਇਹਨਾਂ ਡੂੰਘਾ ਨਾ ਲੱਭਦੇ ਸ਼ਕਤੀਮਾਨ ਕਹਿੰਦਾ ਮੂਹਰੇ ਜਾਂਦਾ ਸਾਰੇ ਨਾਲ ਪਹਿਲਾਂ ਮਿੱਟੀ ਵਾਲੇ ਉਂਗਲੀ ਕਮੜੀ ਜੀ ਜਿੱਥੇ ਡੂੰਘੀ ਲੱਗਦੀ ਆ ਸੋਰੀ ਸ਼ਕਤੀਮਾਨ ਸ਼ਕਤੀਮਾਨ ਜਿੰਨੀ ਜੜ ਡੂੰਘੀ ਲਾਉਂਗੇ ਨਾ ਉਨਾ ਫਾਇਦਾ ਹੈ ਕਿੰਨਾ ਫਾਇਦਾ ਹੈ ਸਾਰੀ ਮਿੱਟੀ ਵਾਲੀ ਨਹੀਂ ਜਿਹੜੀ ਲਾਉਂਦਾ ਦਿੰਦੇ ਯਾਰ ਦੇਖ ਪਾਣੀ ਲੱਗਾ ਪਰ ਦੇਖ ਉਹਨੇ ਹਾਂ ਪਾਣੀ ਲੱਗਾ ਨਾ ਮਿੱਟੀ ਜਾ ਨਹੀਂ ਨੇ ਹਾਂ ਤੇ ਇੱਕ ਪੱਤਾ ਦੇ ਦਾ ਤੇਰੀ ਦਾ ਤੇ ਜਿੱਡੀ ਕਿ ਹੈਗੀ ਉਨੀ ਕਿ ਲਾਉਣੀ ਇਹਨੂੰ ਕਿੱਕਣਾ ਲਾਉਂਗਾ ਮੈਂ ਦੋ ਲਾਈ ਜਦਾ ਲੌਸਮੈਂਟ ਹੁੰਦੀ ਆ ਦੁੱਧ ਦੀ ਲੌਸਮੈਂਟ ਹੁੰਦੀ ਆ ਚੌਂਕਾਲ ਸਾਹਿਬ ਨੂੰ ਕੱਲੂ ਭਾਈ ਸਬਰ ਵੀ ਜਾਣ ਵਾਲੇ ਮਾਸੜ ਬਲਜੀਤ ਸੀ ਬਾਈ ਮੇਰੀ ਗੱਲ ਸੁਣਨਾ ਅੱਗੇ ਮੇਰੀ ਲੈਣ ਦਿਖਾ ਦਿਖਦੀ ਹੈ ਐਂ ਦਿਸਦੀ ਬਸ ਸਿੱਧੀ ਐ ਨਾ ਸਿੱਧੀ ਸੱਤ ਅੱਠ ਅੱਠ ਬਾਲ ਖਲਾਏ ਪਏ ਇਹਨਾਂ ਨੇ ਹਾਂ ਭਈ ਐ ਜਾਂਦਾ ਸਿੱਧਾ ਹੀ ਜਾਣਾ ਤਾਂ ਰੜੇ ਬਦਾ ਚ ਜਾਡਾ ਦੋ ਵੀ ਘੁੰਮੀ ਜਾਣਾ ਡੌਲ ਕਿੱਧਰ ਘੁੰਮਣ ਲੱਗੀ ਆ ਲੈ ਫੜ ਰੱਖੀ ਗਈ ਤਾਂ ਉਹ ਆਇਆ ਕਰੋ ਲਓ ਜੀ ਗੋਭੀ ਦੀ ਲਵਾਈ ਚੱਲ ਰਹੀ ਆ ਕੈਰਾ ਲੱਗਣ ਵਾਲਾ ਇੱਕ ਬਸ ਅਸੀਂ ਖੁਰਪਿਆਂ ਦਾ ਕਰਤੀ ਜਗ੍ਹਾ ਪੋਲੀ ਬੰਦੇ ਲੱਗੇ ਵੇ ਲਾਉਣ ਹੁਣ ਹੈਗਾ ਸਾਡੇ ਕੋਲ ਦੋ ਤਿੰਨ ਕਮੈਂਟ ਮਹਾਂ ਜਿਹੜੇ ਵੀਰਾਂ ਨੇ ਨੌਕਿਆ ਵਾ ਤਾਂ ਉਹਨਾਂ ਦੇ ਬੋਲ ਦੇਵਾਂ ਬਾਕੀ ਅੱਜ ਬਹੁਤ ਵੀਰਾਂ ਨੇ ਕਹਿ ਤਾ ਮੈਂ ਕੱਲ੍ਹ ਕਿਹਾ ਤਾ ਵੀ ਜਿਹਨੂੰ ਲੋਡ ਹੋਵੇ ਕਿਹੋ ਅੱਜ ਜ਼ਿਆਦਾ ਆ ਗਿਆ ਥੋੜ੍ਹਾ ਜਿਹਾ ਕੰਮ ਅੱਜ ਬੋਲ ਦੇਣਾ ਬਾਕੀ ਕਿੱਥੋਂ ਦੱਸ ਦਿਆ ਫਿਰ ਕੋਈ ਲਿੰਕ ਬਣਾ ਕੇ ਬੰਦਾ ਸਾਰਾ ਦੱਸੂਗਾ ਵੀਰ ਇਹ ਫਿਰ ਉਹਦੇ ਵਿੱਚ ਭੇਜ ਦਿਓ ਅਤੇ ਸਾਰਿਆਂ ਦੇ ਇਕੱਠੇ ਅਸੀਂ ਇੱਕ ਪੋਸਟ ਬਣਾ ਕੇ ਉਹ ਕਰਿਆ ਕਰਾਂਗੇ ਇੱਕ ਵੀਰ ਹੈਗਾ ਹਰਕਮਲ ਸਿੰਘ ਬੈਨੀਪਾਲ ਕਨੇਡਾ ਤੋਂ ਬਹੁਤ ਧੰਨਵਾਦ ਆ ਵੀਰ ਦਾ ਇੱਕ ਹੈਗਾ ਵੀਰ ਸਰਦਾਰ ਮਨਪ੍ਰੀਤ ਸਿੰਘ ਸਿੱਧੂ ਬਠਿੰਡਾ ਕੈਲਗਰੀ ਕਨੇਡਾ ਤੋਂ ਇਹ ਵੀਰ ਦਾ ਜੀ ਬਹੁਤ ਧੰਨਵਾਦ ਹੈ ਗੁਰਵਿੰਦਰ ਸਿੰਘ ਫੈਂਟਾ ਧੂਰੀ ਸੰਗਰੂਰ ਤੋਂ ਸੰਦੀਪ ਸਿੰਘ ਚਾਪੜ ਰਾੜਾ ਸਾਹਿਬ ਤੋਂ ਪੰਮਾ ਖੱਟੜਾ ਰਾੜਾ ਸਾਹਿਬ ਤੋਂ ਗੋਪੀ ਸ਼ੇਰਗਿੱਲ ਚੀਕਾ ਹਰਿਆਣਾ ਤੋਂ ਗੁਰਕੀਰਤ ਸਿੰਘ ਸੰਗਰੂਰ ਤੋਂ ਗੁਰਕਮਲ ਸੁਧਰ ਰਾਜਸਥਾਨ ਤੋਂ ਇਹ ਵੀਰ ਵੀ ਕਹਿੰਦਾ ਵੀਡੀਓ ਮੈਂ ਦੇਖਦਾ ਤੁਹਾਡੇ ਇਹਨਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਹੈ ਸਰਬਜੋਤ ਸਿੰਘ ਆਸਟ੍ਰੇਲੀਆ ਤੋਂ ਦੀਪੂ ਰਣਧਾਵਾ ਜੰਮੂ ਕਸ਼ਮੀਰ ਤੋਂ ਲਵਲੀ ਔਜਲਾ ਅਮਨਦੀਪ ਸਿੰਘ ਮੋਹਾਲੀ ਤੋਂ ਅਮਰਜੀਤ ਸਿੰਘ ਇਹ ਵੀਰ ਨੇ ਇਹ ਨਹੀਂ ਕਿਹਾ ਵੀ ਮੇਰਾ ਨਾਂ ਲੈ ਦਿਓ ਕਹਿੰਦਾ ਜੇ ਹਿੰਮਤ ਆ ਨਾਮ ਲੈ ਕੇ ਦਿਖਾ ਦਿਓ ਮੇਰਾ ਬਾਈ ਇਹ ਤਾਂ ਮੈਂ ਤੁਹਾਨੂੰ ਕੱਲ੍ਹ ਵੀਡੀਓ 'ਚ ਵੀ ਕਹਿ ਦਿੱਤਾ ਵੀ ਮਾਸੜ ਦੇ ਕੋਈ ਕੰਮ ਨਹੀਂ ਰਿਹਾ ਹੈਗਾ ਬਾਈ ਪਿੰਡ ਵਿੱਚ ਚੰਨੀ ਕਹਿੰਦੇ ਆ ਹਿੰਮਤ ਤਾਂ ਹੈ ਕਿ ਯਾਰ ਹਿੰਮਤ ਲੈਣੇ ਕਰੇਗਾ ਤੂੰ ਕਹਿ ਵੀ ਨਾਂ ਲੈ ਦਿਓ ਸਾਡਾ ਇਹ ਵੀਰ ਅਮਰਜੀਤ ਸਿੰਘ ਮੋਹਾਲੀ ਤੋਂ ਬਰਿੰਦਰ ਸਿੰਘ ਮਾਂਗੇਵਾਲ ਤੋਂ ਰਣਜੀਤ ਸਿੰਘ ਫਾਜ਼ਿਲਕਾ ਤੋਂ ਆਕਾਸ਼ਦੀਪ ਸਿੰਘ ਨਰਿੰਦਰ ਸਿੰਘ ਪਟਿਆਲਾ ਤੋਂ ਗੁਰਵਿੰਦਰ ਸਿੰਘ ਕਪੂਰਥਲਾ ਤੋਂ ਗੁਰਪ੍ਰੀਤ ਸਿੰਘ ਗਿੱਲ ਮਲਕੀਤ ਸਿੰਘ
ਮਲਕੀਤ ਸਿੰਘ, ਬਾਕੀ ਇੱਕ ਵੀਰ ਹੈਗਾ ਆਪਣਾ ਇੰਦਰਜੀਤ ਸਿੰਘ ਕਮਾਲਪੁਰ ਤੋਂ, ਇਹ ਵੀ ਵੀਰ ਸਾਡੇ ਨੇੜੇ ਦੇ ਨੇੜੇ ਹੀ ਪਿੰਡ ਹੈ ਕਮਾਲਪੁਰ, ਇੱਕ ਕਿਲੋਮੀਟਰ ਪਰ ਹੈ। ਇਹ ਵੀਰ ਕਹਿੰਦਾ ਮੈਂ ਵੀ ਤੁਹਾਡੇ ਵੀਡੀਓ ਦੇਖਦਾ, ਮੇਰਾ ਵੀ ਨਾਮ ਲੈ ਦਿਓ। ਇੰਦਰਜੀਤ ਸਿੰਘ ਕਮਾਲਪੁਰ ਤੋਂ, ਦਿਲਬਾਗ ਸਿੰਘ ਅਮਰਗੜ੍ਹ ਤੋਂ, ਹਰਪ੍ਰੀਤ ਸਿੰਘ ਤਾਰਾਗੜ੍ਹ ਹੁਸ਼ਿਆਰਪੁਰ ਤੋਂ, ਕੁਲਵੰਤ ਸਿੰਘ ਕਨੇਡਾ ਤੋਂ, ਗੁਰਮੀਤ ਸਿੰਘ ਗੰਗਾਨਗਰ ਤੋਂ, ਵਿੱਕੀ ਸਿਆਲਕੋਟ ਤੋਂ, ਹਰਪ੍ਰੀਤ ਸਿੰਘ ਗੋਸਲ ਪਿੰਡ ਵਿੱਕੀ ਸਿਆਲਕੋਟ। ਇਹ ਬਾਈ ਦਾ ਡਾਕੂਮੈਂਟ ਕਰਦਾ ਆਪਣਾ। ਅੱਛਾ, ਇਹ ਬਾਈ ਨੇ ਵੀ ਕਿਹਾ, ਕਹਿੰਦਾ ਵੀ ਮੇਰਾ ਨਾਂ ਤੁਸੀਂ ਕੱਲ੍ਹ ਵੀ ਵੀਡੀਓ 'ਚ ਨਹੀਂ ਦਿੱਤਾ ਹੈਗਾ, ਵੀ ਭੁੱਲ ਗਏ, ਮੈਂ ਗੌਰ ਵੀ ਨਹੀਂ ਕਰੀ, ਮੇਰੇ ਕੋਲ ਦੇਖਿਆ ਨਹੀਂ ਮੈਂ ਕਮੈਂਟ। ਵੈਸੇ ਵਿੱਕੀ ਸਿਆਲਕੋਟ ਵੀਰ ਦਾ ਬਹੁਤ ਧੰਨਵਾਦ ਇਹਦਾ ਵੀ। ਹਰਪ੍ਰੀਤ ਸਿੰਘ ਗੋਸਲ ਪਿੰਡ ਚਾਹਲਪੁਰ ਗੜ੍ਹ ਸ਼ੰਕਰ ਤੋਂ। ਇੱਕ ਵੀਰ ਹੈਗਾ ਦੇਸੀ ਚੈਨਲ, ਦੇਸੀ ਨਿਊਜ਼ ਚੈਨਲ, ਇਹ ਵੀਰ ਨੂੰ ਵੀ ਭਾਈ ਸਬਸਕ੍ਰਾਈਬਰ ਕਰੋ ਸਾਰੇ। ਇਹ ਵੀਰ ਵੀ ਕਹਿੰਦਾ ਮੇਰਾ ਨਾਂ ਲੈ ਦਿਓ। ਇੱਕ ਲਵਜੋਤ ਸਿੰਘ ਹੈਗਾ ਵੀਰ ਕਪੂਰਥਲੇ ਤੋਂ, ਸੰਦੀਪ ਸਿੰਘ ਫੂਲ ਖੁਰਦ ਤੋਂ ਰੋਪੜ, ਇਹ ਫੂਲ ਪਿੰਡ ਵੀ ਭਾਈ ਸਾਡੇ ਨੇੜੇ ਹੈ 3 ਕਿਲੋਮੀਟਰ ਪਰ ਹੈ। ਇਹ ਵੀਰ ਵੀ ਸਾਡੀਆਂ ਵੀਡੀਓ ਦੇਖਦਾ, ਜਿਹਨਾਂ ਵੀਰਾਂ ਦਾ ਨਾਂ ਲਿੱਤਾ ਬਹੁਤ ਬਹੁਤ ਧੰਨਵਾਦ ਹੈ। ਬਾਕੀ ਸਾਰੇ ਵੀਰਾਂ ਦਾ ਹੀ ਧੰਨਵਾਦ ਹੈ, ਸਾਰਿਆਂ ਨੂੰ ਪਿਆਰ ਕਰਦੇ ਆ। ਬਾਕੀ ਵੀਰ ਦੱਸੂਗਾ ਜਿਹੜਾ ਲਿੰਕ ਆ ਚੱਕਣਾ ਉਹਦੇ 'ਚ ਭੇਜ ਦਿਓ ਬਾਈ ਨਾਂ, ਐਕਣਾ ਫਿਰ ਨਾਂ ਹੋਣਾ ਅੱਜ ਕੱਲ੍ਹ 11-12 ਨਾਂ 'ਤੇ, ਅੱਜ ਹੁਣ 30 ਜਣੇ ਦੇ ਨਾਂ ਹੋ ਗਏ, ਜੇ ਹੁਣ ਕੱਲ੍ਹ ਨੂੰ 60 ਹੋ ਗਏ ਫਿਰ ਔਖਾ ਹੋ ਜਾਂਦਾ ਇਹਨਾਂ ਨਾਂ ਬੋਲਣਾ, ਨਾਂ ਬੋਲਣਾ ਅਤੇ ਨੋਟ ਕਰਨਾ ਵੀ ਔਖਾ ਹੋ ਜਾਂਦਾ, ਕਰਨਾ ਵੀ ਔਖਾ ਹੋ ਜਾਂਦਾ। ਚੱਲ ਨੋਟ ਤਾਂ ਮੈਂ ਫਿਰ ਵੀ ਕਰੀ ਜਾਂਦਾ, ਗੱਲ ਮਤਲਬ ਸ਼ਾਮ ਤੱਕ ਕਮੈਂਟ ਆਈ ਜਾਣੇ ਆ, ਹੁਣ ਬੰਦਾ ਬਾਰ ਬਾਰ ਫਿਰ ਉਹ ਚੱਕਰ ਪੈਂਦਾ ਜਦੋਂ ਇੱਕ ਵਾਰ 4 ਵਜੇ ਤੱਕ ਕਮੈਂਟ ਆ ਗਏ ਉਹਦੇ ਮੈਂ ਨਾਂ ਲੈ ਤੇ ਵੀ। ਹੁਣ ਆਪਾਂ ਐਂ ਕਰਨਾ ਕਿ ਫੋਰਮ ਬਣਾ ਦੇਣਾ ਔਨਲਾਈਨ, ਠੀਕ ਹੈ ਨਾ, ਉੱਥੇ ਆਪਾਂ ਨੇ ਫੋਰਮ ਬਣਾਇਆ ਨਾ, ਉਹਦੇ ਵਿੱਚ ਕਿਆ ਹੋਊਗਾ, ਬੰਦਾ ਆਪਣਾ ਨਾਮ ਫਿਲ ਹੋਊਗਾ, ਨਾਮ ਤੇ ਬਾਅਦ ਬੰਦੇ ਦਾ ਜੋ ਮਤਲਬ ਉਹ ਹੈ ਜਿੱਥੇ ਰਹਿੰਦਾ ਹੈ ਉਹ ਫਿਲ ਕਰੂਗਾ, ਉਹ ਬਸ ਸਬਮਿਟ ਕਰ ਦੂਗਾ, ਉਹ ਸਾਡੇ ਕੋਲ ਆਪਣੇ ਆਪ ਆ ਜਾਣੇ ਉਹ, ਜਿੰਨੇ ਵੀ ਹੋ ਜਾਏ 50 ਹੋਵੇ ਚਾਹੇ 100 ਹੋਵੇ, ਸਾਡੇ ਫੋਨ ਚਾਰਜ ਕਰਨੇ, ਆਪਾਂ ਨੂੰ ਆਹ ਕੰਮ ਨਹੀਂ ਕਰਨਾ ਪੈਣਾ ਫਿਰ, ਬਸ ਉਹ ਲਿਸਟ ਨਹੀਂ ਬਣੀ ਪਈ ਕਰਨੀ, ਫੋਨ ਚਾਰਜ ਕਰਨਾ, ਆਪਾਂ ਫੋਨ ਖੋਲ ਕੇ ਆਨਲਾਈਨ ਲਿੰਕ ਖੋਲਾ, ਸਾਰੇ ਨਾਮ ਤੇਰੇ ਕੋਲ ਪਏ ਹੋਣਗੇ, ਆਪਣਾ ਬੋਲਦੇ ਭਾਈ, ਠੀਕ ਹੈ ਜੀ। ਜਿੱਕਣਾ ਵੀਰ ਨਾ ਗਿਆ ਬਾਈ ਰੋਕਣੇ ਕਰ ਦਿਓ, ਬਾਕੀ ਬਾਈ ਪੋਰਟਲ ਬਣਨਾ, ਇਹਨੂੰ ਪੋਰਟਲ ਨੂੰ ਬਾਈ ਕੋਟ ਹੋਣਾ, ਥੋੜ੍ਹਾ ਟਾਈਮ ਲੱਗੂਗਾ, ਠੀਕ ਹੈ, ਉਹ ਮੈਂ ਬਣਾਉਣਾ ਤਾਂ ਮੈਂ ਹੀ ਹਾਂ, ਠੀਕ ਹੈ, 2-3 ਦਿਨ ਚਾਹੀਦੇ ਨੇ, ਜਿਹੜੇ 2-3 ਦਿਨ ਲੱਗੇ ਹੈਗਾ, ਮੈਂ ਤੁਹਾਡਾ ਮਾਸੜ ਬੋਲ ਰਿਹਾ, ਕੋਈ ਫਿਕਰ ਨਹੀਂ ਕਰਨਾ ਤੁਸੀਂ, 2-3 ਦਿਨ ਦੇ ਬਾਅਦ ਇੱਕ ਤੁਹਾਡਾ ਹੋ ਕੰਮ ਕਰਨਾ ਹੈ, ਇੱਕ ਆਪਾਂ ਨੇ ਇਹ ਨਾਮ ਦਾ ਹੋ ਗਿਆ, ਇੱਕ ਕਰਨਾ ਹੈ ਜਨਮਦਿਨ ਦਾ, ਠੀਕ ਹੈ, ਜਨਮਦਿਨ ਡੇਟ ਲੈ ਲੈਣੀ ਆ, ਠੀਕ ਹੈ, ਜਿਹਦਾ ਜਨਮਦਿਨ ਹੋਊਗਾ ਆਪਣੇ ਸਬਸਕ੍ਰਾਈਬਰ ਦਾ, ਠੀਕ ਹੈ, ਉਹ ਆਪਣੇ ਆਪ ਆਪਾਂ ਨੂੰ ਉੱਪਰ ਸ਼ੋ ਕਰ ਦੇਣਾ ਉਹਨੇ ਫੋਨ ਨੇ, ਠੀਕ ਹੈ, ਆਪਾਂ ਉਹਦਾ ਬਾਈ ਦਾ ਜੋ ਵੀ ਫੋਟੋ ਹੋਈ ਤਾਂ ਫੋਟੋ ਨਾਲ, ਨਹੀਂ ਹੋਇਆ ਇੱਦਾਂ ਕਹਦੇ ਕਰਨਾ ਬਾਈ ਭਾਈ ਜਨਮਦਿਨ ਮੁਬਾਰਕਾਂ, ਠੀਕ ਹੈ, ਇਹ ਵੀ ਕੰਮ ਕਰਨਾ, ਇਹ ਬਾਈ ਪੋਰਟਲ ਬਣਨੇ ਆ, ਠੀਕ ਹੈ, PHP ਬਣਾਊਂਗਾ ਇਹਨੂੰ ਮੈਂ, ਜਦੋਂ ਬਣ ਕੇ ਆਪਾਂ ਫਿਰ ਉੱਧਰ ਅਨਾਊਂਸਮੈਂਟ ਕਰ ਦਾਂਗੇ, ਬਾਕੀ ਪਕੌੜੇ ਬਣ ਰਹੇ ਆ ਜੀ, ਪਕੌੜੇ ਬਣ ਰਹੇ ਬਾਈ, ਹਾਂ ਬਾ ਗੋਭੀ ਦਾ 1 ਕਿਆਰਾ ਲੱਗ ਗਿਆ, 1 ਰਹਿ ਗਿਆ, 2 ਕਿਆਰੇ ਲਾਉਣੇ ਜੀ ਅਸੀਂ, ਪੱਧਰੀ ਲਾ ਕੇ ਦੇਖਣੀ ਆ, ਕਈ ਵੀ ਕਹਿੰਦੇ ਪੱਧਰੀ ਨਾ ਲਾਇਓ ਹੋਣੀ ਨਹੀਂ, ਕਈ ਕਹਿੰਦੇ ਵੀ ਪੱਧਰੀ ਲਾਓ ਹੋਣੀ ਆ, ਅਸੀਂ ਵੀ ਤਜਰਬਾ ਦੇਖਣਾ ਕਰਕੇ, ਖੇਤ ਉੱਚਾ ਸਾਡਾ, ਪਾਣੀ ਅਸੀਂ ਖੜ ਨਹੀਂ ਦੇਣਾ, 1 ਪਾਣੀ ਲਾਉਣਾ ਜਿਹਦੇ ਪਨੀਰੀ ਲਿਆਂਦੀ, ਕਹਿੰਦਾ ਜਿੱਦਣ ਲਾਇਆ ਉੱਥੇ 2 ਦਿਨ ਪਾਣੀ ਲਾ ਦਿਓ, ਮੁੜ ਕੇ ਪਾਣੀ ਲਾਉਣਾ ਭੁੱਲ ਜਿਓ, ਅੱਛਾ, ਗੋਭੀ ਦਾ ਝਾੜ ਜਿੰਨਾ ਕੁ ਉਨਾ ਮਿਲੂਗਾ, ਕਹਿੰਦਾ ਤੁਹਾਨੂੰ ਪਾਣੀ ਲਾਉਣੇ ਨੂੰ, ਪਾਣੀ ਕਹਿੰਦਾ ਮੁੜ ਕੇ ਲਾਉਣਾ ਹੀ ਨਹੀਂ, ਬਸ ਜਦ ਤੇ 1 ਵਾਰ ਲਾ ਦਿੱਤੀ, ਹੁਣ ਠੰਡ ਵੀ ਹੈ ਨਾ, ਹਾਂ, ਬਾਕੀ ਇੱਧਰ ਹੈਗੇ ਜੀ 1.5 ਕਿੱਗਾ ਸੌਂਪ ਆਏ ਅਸੀਂ ਵੱਟਾਂ ਪਰ ਲਾਉਂਗੇ, ਇਹ ਵੀ ਦੇਖ ਲੈਣਾ ਤਜਰਬਾ, ਹੁਣ 2 ਕਿਆਰਾਂ ਦਾ ਪਤਾ ਲੱਗ ਜੂਗਾ, ਦੇਖ ਲੈਂਦੇ, ਹਾਂ ਜੀ, ਬਾਕੀ ਲੱਗੇ ਵੀ ਲਾਉਣ ਦਿਖਾਉਂਦੇ ਹੁਣ ਤੁਹਾਨੂੰ, ਬਾਕੀ ਫਿਰ ਪਕੌੜੇ ਵੀ ਛਕਾਉਂਦੇ ਆ ਜੀ, ਉੱਧਰ ਡੀਸੀ ਬਾਈ, ਡੀਸੀ ਬਾਈ ਸਾਡਾ ਆ ਗਿਆ ਦਿੱਲੀ ਤੇ, ਲੇਟ ਹੋ ਗਿਆ ਵੈਸੇ, ਕੋਈ ਨਾ ਭਾਈ, ਹੈ ਡੀਸੀ ਬਾਈ ਜੀ, ਮੈਂ ਲੇਟ ਹੋ ਗਿਆ, ਤੂੰ 90 ਸੌ ਕਰਿਆ ਜੀ, ਕੱਲੇ ਨੇ ਲਾਇਆ, ਦੇਖੋ ਬਈ ਕਿਹੜਾ ਚਾਚੇ ਨੇ, ਉਹ ਉਧਰ ਦੇਖ ਲੋ, 7 ਜਣੇ ਬੈਠੇ ਆ, ਰੌਲਾ ਜ਼ਿਆਦਾ ਪਾਉਂਦੇ, ਕੰਮ ਘੱਟ, ਚੰਗਾ ਜੀ ਚੰਗਾ।
ਕਦਾ ਕੰਮ ਬਾਈ ਸਾਹਿਬ ਚੱਲਦਾ ਹੀ ਮਹਾਰਾਜ ਚੱਲ ਰਿਹਾ ਕੰਮ ਪੂਰਾ ਅੱਧਾ ਕੰਮ ਹੋ ਗਿਆ ਅੱਧਾ ਰਹਿ ਗਿਆ ਆਪਣਾ ਸਾਨੂੰ ਬੰਦੇ ਨੇ ਵਿਹਲੇ ਹੋਣਾ ਜਾਂ ਨਿਪੜ ਜਾਣਾ ਕੰਮ ਬੋਲੀ ਭਾਈ ਥੋੜੀ ਜਿਹੀ ਗੱਬੀ ਭਾਈ ਵੱਜ ਗਈ ਜੀ ਚੱਲ ਹਟਾ ਕੇ ਉੱਥੇ ਚਲੇ ਜਾਈ ਪਨੀਰੀ ਵੱਧ ਗਈ ਆਪਣੀ ਦੋ ਕਿਆਰੀਆਂ ਲਾ ਕੇ ਆਈ ਆਪਾਂ ਨੇ ਆ ਪਨੀਰੀ ਵੱਧ ਗਈ ਇੱਕ ਕਿਆਰੀ ਮਾਪੂ ਨਾ ਹੀ ਫਿਰ ਲੱਗੇ ਬਾਈ ਪੰਮਾ ਬਾਈ ਯਾਰ ਬਾਪੂ ਲੋ ਪਾਉਣ ਲੱਗੇ ਹੋਏ ਦੋਵੇਂ ਹੁਣ ਉਹ ਵੀ ਲਾਉਂਦੇ ਆ ਪਿੰਡਾਂ ਹਾਲੇ ਇੱਧਰ ਪਕੌੜੇ ਲੱਗਿਆ ਵਾ ਕੱਚੇ ਹੀ ਖਾਣ ਪੱਕ ਤਾਂ ਲੈਣ ਦੋ ਨਹੀਂ ਨਹੀਂ ਕੱਚੇ ਸਵਾਦ ਆ ਜਿਹੜਾ ਪਿਆਜ ਦੀ ਤੜਜੀ ਹੁੰਦੀ ਮਰ ਜਾਂਦਾ ਪਾਣੀ ਜਾ ਆਪਾਂ ਨੇ ਲੇਟ ਹੋ ਜਾਣਾ ਛੇਤੀ ਕੱਚੇ ਜੇ ਪਿਆਜ ਹਲੇ ਕੈੜਾ ਪਿਆ ਇਹ ਵਧੀਆ ਸਵਾਦ ਲੱਗਦਾ ਆਜੋ ਆਜੋ ਇੱਕ ਝਟ ਦਾ ਕੰਮ ਹੈ ਬਸ ਬਾਕੀ ਪਨੀਰੀ ਆ ਪੰਦਰਾਂ ਜ਼ਿਆਦਾ ਕਰ ਲੋ ਯਾਰ ਫਿਰ ਤੁਸੀਂ ਕਹਣਾ ਗੋਭੀ ਲਾ ਕੇ ਕਾਲੀ ਬਾਈ ਸਾਡੇ ਦਾ ਕੰਮ ਲਾਉਣੇ ਲਾਉਣੇ ਦਾ ਏ ਇਤਨੀ ਤੋਂ ਬਾਤ ਨੀ ਹੋਈ ਸਰਦਾਰ ਜੀ ਪੰਜ ਵਜੇ ਤੋਂ ਬਾਅਦ ਜਦੋਂ ਸਮਾਨ ਸਿੱਟ ਦਿੰਦੇ ਆ ਅਸੀਂ ਦੇਖ ਲਾ ਪੌਣੇ ਪੰਜ ਵਜੇ ਸਮਾਨ ਚੱਕੀ ਫਿਰਦੇ ਨਾ ਨਾ ਟਾਈਮ ਜ਼ਿਆਦਾ ਹੋ ਗਿਆ ਨਹੀਂ ਨਹੀਂ ਦੇਖ ਸਵਾ ਪੰਜ ਹੋ ਗਏ ਪਕੌੜਿਆ ਕਰਕੇ ਖੜੇ ਅਸੀਂ ਹਥਿਆਰ ਸਿੱਟਦੇ ਆ ਉਹ ਪਕੌੜਿਆ ਕਰਕੇ ਖੜੇ ਅਸੀਂ ਨਹੀਂ ਤਾਂ ਪਕੌੜਿਆ ਨਹੀਂ ਬੰਨੇ ਪਿਆ ਨਹੀਂ ਹੁਣ ਕਦੇ ਲੰਘ ਜਾਣਾ ਤਾਂ ਅਸੀਂ ਪਕੌੜਿਆ ਕਰਕੇ ਹੀ ਬੈਠੇ ਆ ਜੀ ਵੀ ਗੋਭੀ ਦਾ ਕੋਈ ਜੋ ਨੀ ਤਾਂ ਸਾਨੂੰ ਲੋ ਜੀ ਡੌਲਾ ਲੱਗਿਆ ਪਿਆ ਹੁਣ ਬਾਪੂ ਨੇ ਕਿਆਰਾ ਇੱਧਰ ਆਪਾਂ ਨੇ ਲਾਤੀ ਜੀ ਗੋਭੀ ਬਾਕੀ ਜਿਹੜਾ ਉਹ ਬਚ ਗਿਆ ਜੀ ਆਪਣਾ ਉੱਧਰ ਉਹਦੇ 'ਚ ਆਪਾਂ ਸਿਆੜ ਕੱਢ ਕੇ ਲਾਉਣੀ ਹੈ ਜੀ ਬੈੱਡ ਪਰ ਗੋਭੀ ਲਾਵਾਂਗੇ ਇਹਦੇ 'ਚ ਉਹਦੇ 'ਚ ਬੈੱਡ ਪਰ ਗੋਭੀ ਲੱਗਣੀ ਆ ਬਾਕੀ ਆਹ ਪਾਤੀ ਮਾਸੜ ਚਾਹ ਲੈਣ ਗਿਆ ਹੋ ਜੀ ਮਾਸੜ ਚਾਹ ਲੈ ਕੇ ਆਉਂਦਾ ਨਾਲੇ ਕੱਖ ਪਾ ਕੇ ਆਉਂਦੇ ਉਹਨੇ ਡੰਗਰਾਂ ਨੂੰ ਉਹਦੇ ਕਰਕੇ ਲੰਘ ਗਿਆ ਉਹ ਲਓ ਜੀ ਬਾਕੀ ਡੀ ਸੀ ਬਾਈ ਵੀ ਡਿਊਟੀ ਆਪਣੀ ਸਾਂਭੀ ਬੈਠਾ ਇਹ ਗੋਭੀ ਦੀਆਂ ਪੱਛੀਆਂ ਜਿਹੜੀਆਂ ਪੱਦੀਆਂ ਕਰ ਕਰਕੇ ਫੜਾਉਂਦਾ ਜੀ ਤਿੰਦੇ ਨੇ ਫਿਰ ਚੱਕ ਲਿਖਦੇ ਆ ਪਨੀਰ ਖਾਂਦਾ ਕੱਚਾ ਹੀ ਦੇ ਦਾ ਕੱਚਾ ਪਨੀਰ ਖਾਂਦਾ ਦੇ ਲਾ ਸਿੱਧਾ ਚੱਲ ਜੀ ਦੇਸੀ ਸ਼ੈਫ ਗਿਆ ਪਾ ਉਹ ਆ ਗਿਆ ਫਿਰ ਅਸਿਆਲ ਲੈਂਦੇ ਦਿਖਦੇ ਹਾਂ ਜੀ ਪੱਧਰੀਆਂ ਲਾਈਆਂ ਹੋਈਆਂ ਆਪਾਂ ਨੇ ਇੱਕ ਕਿਆਰ ਆਪਾਂ ਨੇ ਹੋਰ ਲਾ ਦੇਣਾ ਹਾਂ ਜੇ ਹਮ ਹੈ ਜੇ ਹਮਾਰੀ ਗੋਭੀ ਹੈ ਲਓ ਜੀ ਦੁਆਰੇ ਫੇਰ ਤਿਆਰੀ ਹੈ ਬਹਿ ਜਾਓ ਤਿੰਦੇ ਜਿਹੜੀ ਮਾੜੀ ਪੱਛੀ ਆ ਉਹਨੂੰ ਜਿਹੜਾ ਮਾੜਾ ਬਸ ਲਾਉਣੀ ਫਿਰ ਮੈਂ ਇਹਨਾਂ ਨੂੰ ਜਾਣਦਾ ਹੱਲ ਹੱਲ ਬਹੁਤ ਕਰਦੇ ਹੁੰਦੇ ਆ ਕਿਆ ਹੋ ਗਿਆ
ਮੈਂ ਪ੍ਰੀਤ ਦੇ ਪਕੌੜੇ ਚ ਤਿੰਨ ਤਿੰਨ ਉਹਨਾਂ ਚ ਚਾਰ ਚਾਰ ਜਿੰਨੇ ਜਿੰਦੇ ਹੈਗੇ ਉਹਨੇ ਦੇ ਦੀ ਬਸ ਇਹਨਾਂ ਨੇ ਹੱਲ ਹੱਲ ਕਰੀ ਨਹੀਂ ਪਹਿਲਾਂ ਪ੍ਰੀਤ ਦੇ ਖਾਣਾ ਇਹਨਾਂ ਨੇ ਹਾਂ ਜੀ ਤੇ ਸਿਆੜ ਸਿੱਧੇ ਰੱਖੀਆਂ ਆ ਕਿੱਥੇ ਆ ਹੜਤਾ ਜਾ ਹੁਣ ਕੱਢਣ ਆ ਤੇਰੀ ਹਾਂ ਬਾਈ ਕਲੈਰ ਰੱਖ ਵਾ ਆਹਾ ਆ ਜ਼ਿਆਦਾ ਦੂਰ ਤਾਂ ਨਹੀਂ ਹੈਗਾ ਉਰਲੀ ਸਾਈਡ ਨੂੰ ਰਾ ਕਰ ਲਾ ਥੋੜਾ ਜਿਹਾ ਉਹਨੂੰ ਬਾਈਕ ਤੇ ਜਣਾ ਬੋਲ ਦਿੰਦੇ ਕੁਛ ਕਿਆ ਬੋਲਾਂ ਭਾਈ ਤੂੰ ਇਹ ਬੰਦ ਕਰਾਤਾ ਤੁਸੀਂ ਤੁਸੀਂ ਕਹਿੰਦੇ ਵੀ ਪਕੌੜੇ ਬਾਅਦ ਚ ਮਿਲਣੇ ਜੇ ਮੂੰਹ ਖੋਲਦੇ ਪਕੌੜਿਆਂ ਵੱਲ ਨੂੰ ਜਾਂਦਾ ਪਕੌੜੇ ਵੀ ਬਣ ਰਹੇ ਆ ਬਾਜਰਾ ਖਿੱਚਦੀ ਮਾਸੜ ਵੀ ਆ ਗਿਆ ਚਾਹ ਲੈ ਕੇ ਘਰ ਤੇ ਫੋਨ ਵੀ ਆ ਗਿਆ ਲਾ ਵੀ ਉੱਤਕ ਦੋ ਕੈਰੇ ਸਲਾਹ ਦੀ ਬਾਈ ਪਹਿਲਾਂ ਦੋਹਾਂ ਦੀ ਪਪਿੰਨੀ ਦੀ ਜ਼ਿਆਦਾ ਹੋ ਗਈ ਇੱਕ ਹੋਰ ਬਣਾ ਕੇ ਲਾ ਦਿੱਤਾ ਮਾਸਰ ਤੇਰੇ ਸਵਾਲ ਉੱਠੇ ਜਾ ਰਹੇ ਹੁਣ ਕਹਿੰਦੇ ਮਾਸਰ ਦਾ ਸਾਗ ਤਾਪ ਗਲਤ ਹੈ ਵੀ ਪਨੀਰੀ ਜ਼ਿਆਦਾ ਮੰਗਾ ਲਈ ਪਨੀਰੀ ਵੱਧਦਾ ਮਤ ਬੱਲੀ ਜੇ ਅਗਲੇ ਨੇ ਪਨੀਰੀ ਵੱਧ ਦੇ ਦਿੱਤੀ ਕਿੰਨਾ ਮੰਗਿਆ ਤਾਂ 1500 ਬੂਟੇ 1800 ਦੇ ਦਿੱਤਾ ਫਿਰ ਸਾਡਾ ਕਸੂਰ ਆਹ ਬੂਟਾ ਗਿਣ ਲਿਓ 15 ਲੈਂਦਾ ਕਹੀਂ ਤਾਂ ਅਸੀਂ ਤੁਸੀਂ 13 ਕਰਤੀਆਂ ਥੋੜ੍ਹੀ ਸਿੱਧੀ ਕਰ ਲਈ ਇੱਧਰ ਨੂੰ 102 ਬੂਟਾ ਲੱਗਦਾ ਤਾ 105 ਬੂਟਾ ਲੱਗਿਆ ਹੋਊਗਾ ਘੱਟੋ ਘੱਟ ਇੱਧਰ ਦੇਖ ਲਈ 102 ਉੱਥੇ ਲੱਗਦਾ ਤਾ ਉਹ ਡੇਢ ਕੱਠਾ ਛੱਡ ਕੇ ਹੁਣ ਤੁਸੀਂ ਪਨੀਰੀ ਖੰਡਾਓ ਨਾ ਜੇ ਵੱਧ ਕਿੰਨਾ ਖੜਾਉਂਦਾ ਮਾਸਟਰ ਦੀ ਤੇਰੀ ਚੱਕ ਕੇ ਲਿਆਉਂਦਾ ਚੱਲਾ ਦੂੰਗਾ ਕੋਈ ਗੱਲ ਨੀ ਮੈਂ ਤਾਂ ਕਹਿੰਦਾ ਵੀ ਆ ਵੀ ਨਾ ਲਾਉਂਦੇ ਬਸ਼ੱਕ ਮੈਂ ਤਾਂ ਕਿਹਾ ਤਾ ਇਹਨਾਂ ਨੂੰ ਯਾਰ ਕੱਲੂ ਸਿਆੜ ਕੱਢ ਚੱਲਾ ਦੇ ਕੋਈ ਤਿੰਨ ਠੀਕ ਕਹਿ ਰਹੇ ਤਿੰਨ ਕਿਹਾਰੇ ਠੀਕ ਆ ਮੰਨਿਆ ਨਹੀਂ ਸਿਆੜ ਕੱਢ ਕੇ ਬਹੁਤ ਆ ਗੋਭੀ ਦਾ ਤੁਸੀਂ ਕਿੰਨੇ ਰੀਸ ਕਦੇ ਕਰਨੀ ਆਪਣਾ ਲਾਓ ਮੇਰੀ ਗੱਲ ਸੁਣੋ ਕਿਸੇ ਦੀ ਰੀਸ ਨਾ ਕਰੋ ਆਪਣੀ ਮਰਜ਼ੀ ਮਰਜ਼ੀ ਕਰੋ ਪਾਣੀ ਲਾਉਣਾ ਨੀ ਆਪਾਂ ਜਵਾਬ ਦਿੱਤਾ ਦੱਸ ਦੋ ਜਵਾਬ ਦਿੱਤਾ ਕਰਾ ਤੋੜ ਕੇ ਜਵਾਬ ਘਰਾਂ ਪਹੁੰਚ ਕਰੀ ਆ ਪੁੱਛ ਲੋ ਜਿਹਦੇ ਨਹੀਂ ਹੋਈ ਡੱਬੇ ਨੇ ਪੰਜ ਬੂਟੇ ਚ ਪਈ ਜਾਣਾ ਪਾਣੀ ਤਾਂ ਮਗਰ ਬਸ ਰਹਿਣ ਦਾ ਲਾਉਣ ਨੂੰ ਕੋਈ ਲੋੜ ਨਹੀਂ ਹੈਗੀ ਨਾਲੇ ਮੀਂਹ ਯਾਰ ਡੱਬਾ ਨੀ ਬੂਟਾ ਨੀ ਹੈਗਾ
ਹਲੋ ਭਾਈ ਨੈਗੇਟਿਵ ਪੀਪਲ ਹੀ ਪਿੱਛੇ ਹੈਗੇ ਸਾਡੇ ਦ ਨੈਗੇਟਿਵਸ ਪੰਮੇ ਦੇਖ ਲੈ ਹਾਂ ਜੱਗੇ ਭਾਈ ਮੈਂ ਕਹਿੰਦਾ ਬਰਾਬਰ ਲਾ ਲਓ ਭਾਈ ਇਹਨਾਂ ਨੂੰ ਬੱਟਾਂ ਪਰ ਬਾਕੀ ਬੱਟਾਂ ਪਰ ਲਾਉਣੀ ਆ ਆ ਵੀ ਬੱਟਾਂ ਪਰ ਹੀ ਜਾਣੀ ਨਹੀਂ ਇਹਦਾ ਇੱਕ ਪ੍ਰਯੋਗ ਕਰਿਆ ਦੇਖਦੇ ਕਿਆ ਬਣਦਾ ਇਹਦਾ ਚੱਲ ਦੇਖ ਲੈ ਜੋ ਪ੍ਰਯੋਗ ਕੋਈ ਨਹੀਂ ਹਾਂ ਕਿ ਆਓ ਕਰੀ ਯਾਰ ਅੜਕੇ ਦੂਏ ਖੇਚ ਨਾ ਜਾਵੇ ਆ ਤਾਂ ਜਾਣਦੇ ਕਿਤੇ ਨਹੀਂ ਜਾਂਦੀ ਪਹਿਲੇ ਵੀ ਇਹ ਪਹਿਲੇ ਵੀ ਆਇਓ ਕਹਿੰਦੇ ਤੇ ਦਿੰਦਾ ਥੋੜੀ ਹੋਣੀ ਨੇ ਕੀ ਕਹਿੰਦਾ ਵਾਲੀ ਤਾਂ ਠੀਕ ਆ ਬਾਈ ਵੱਟਾਂ ਵਾਲੀ ਪਹਿਲੀ ਵੀ ਤਾਂ ਕਹਿੰਦਾ ਹੋਣੀ ਨੇ ਕੀ ਵੱਟਾਂ ਵਾਲੀ ਜਦ ਮੀਂਹ ਪੈਦਾ ਦੇਖਿਆ ਕਿਆ ਬਣ ਗਿਆ ਤੋਤਾ ਉਹ ਤੇ ਕਿਆ ਬਣਨਾ ਪੁੱਛ ਲੈ ਮਾਛੜ ਨੂੰ ਠਾਕੂ ਹੋ ਗਿਆ ਉਹ ਪਤਾ ਤਾਂ ਲੱਗ ਜੂਗਾ ਉਹਨੂੰ ਤੇ ਯਾਰ ਬਾਈ ਹੋਈ ਲਿਆ ਜੀ ਬੜਾ ਬੜਾ ਇਹ ਲਿਆ ਬਾਈ ਇਹ ਜਿਹੜਾ ਪੁੱਤਾਂ ਨੂੰ ਆਉਂਦੇ ਆ ਇਹਦਾ ਲਾਉਂਦਾ ਮੱਲਾ ਇਹਨਾਂ ਦੋ ਪਿਆਰੇ ਹੋਰ ਵੱਟਾਂ ਨੇ ਆਲੇ ਆ ਵੀ ਮਾਣਾ ਆ ਦੀ ਮਾਣਾ ਫੇਰ ਲਾਣਾ ਕਿਤੇ ਹੁਣ ਆ ਤੇਰਾ ਰੱਬ ਚੱਲਾ ਹਲਾ ਮੈਨੂੰ ਐ ਦੱਸੋ ਪੀ ਜੀ ਕੌਣ ਲੈਂਦੇ ਅੱਜ ਪਨੀਰੀ ਤਾਂ ਫੇਰ ਵਧੀਆ ਉਹਦੇ ਨਾਲੋਂ ਬਹੁਤ ਇਹ ਹੋਰ ਜਿਹੜੀ ਪਹਿਲਾਂ ਲਾਈ ਸੀ ਆਪਾਂ ਨੇ ਲੱਗੇ ਵੀ ਭਾਈ ਲਾਉਣ ਮੇਰੇ ਨਾਲ ਬਹੁਤ ਵਧੀਆ ਪਨੀਰੀ ਆ ਇਹ ਲੱਗ ਨਿਬੜ ਜੱਲਿਆ ਕੰਮ ਆ ਬਾਕੀ ਜੇ ਬੜਪਾਸ਼ ਦੀ ਗੱਲ ਉਹ ਲਾ ਦੂੰਗਾ ਬੱਟਾਂ ਪਰ ਪਾਈ ਤਾਂ ਗਿਆ ਸਰ ਮਨ ਦੋ ਨੰਬਰ ਦੀ ਲਾਈ ਸੀ ਤੇ ਗੋਭੀ ਵਿੱਚ ਯਾਰ ਦੋ ਨੰਬਰ ਦੀ ਕਿਦਾਂ ਜਿਹੜੇ ਸਾਹ ਨਾਲ ਬੀਜੇ ਵਧੀਆ ਜਾਂਦਾ ਹੈ ਜਿਹੜੇ ਸਾਹ ਨਾਲ ਬੀਜੇ ਵਧੀਆ ਜਾਂਦਾ ਵੀ ਚੋਰੀ ਚੱਕ ਕੇ ਲੈ ਵੇ ਆ ਨਾਲ ਦੋ ਲੈਣਾ ਲੈ ਕੇ ਆਉਂਦਾ ਦੋ ਵੀ ਨਹੀਂ ਲੱਗਦੀਆਂ ਵਿੱਚ ਛੱਡੀ ਜਾਂਦਾ ਤੋ ਗੋਲੇ ਸੋਤਿੰਗ ਜਿੱਤਣ ਗਏ ਉੱਥੇ ਕਿਹੜਾ ਉਹਨਾਂ ਗਿਣ ਕੇ ਪਾਈਆਂ ਆ ਤੱਕ ਨਾਲ ਪਾਉਂਦੇ ਆ ਉਹ ਰੈਕਾਂ ਲਿਆ ਕੇ ਪਾ ਪਾਤੇ ਉਹਨਾਂ ਹਾਂ ਉਹ ਕਾ ਗਿਣ ਕੇ ਪਾਉਂਦੇ ਆ ਤੇ ਸਾਹਮਣੇ ਇਹਨੂੰ ਆਇਆ ਵਿੱਚ ਖਰਾਬ ਹੋ ਜਾਂਦਾ ਬੂਟਾ ਵੱਧਾ ਪਾ ਦਿੰਦੇ ਆ ਉਹ ਹਾਂ ਜੋ ਗਿਣ ਕੇ ਪਾਉਣ ਗਿਣ ਕੇ ਕਰਾਉਂਗੇ ਦੇ ਤਾਂ ਕੱਲਾ ਕੱਲਾ ਬੂਟਾ ਗਿਣਨਾ ਪੈਣਾ ਤੱਕ ਦੀ ਨਾਲ ਜਗ੍ਹਾ ਮਿੰਟ ਤੇ ਪੱਟ ਦਿੰਦੇ ਆ ਉਹ ਵੀ ਮੇਰੀ ਜਗ੍ਹਾ ਨਹੀਂ ਮੈਂ ਯਾਰ 2 ਰੁਪਏ ਮਾਰ ਕੇ ਖੜ ਜਾਂਦਾ ਤੇ ਉਹ ਲਾ ਤਾਂ ਸਹੀ ਉਹ ਕੋਈ ਸਵੇਰ ਤੱਕ ਲੈਣ ਪੜਦਮ ਵਧਣੀ ਉਹ ਆ ਇਹਦਾ ਮਤਲਬ ਸਾਰਾ ਲੱਗ ਜਾਣਾ ਵਧੀਆ ਜਾਂਦੀ ਆ ਉਹ ਕਹਿ ਰਹੇ ਪਏ ਤੇ ਦੋ ਕਹਿੰਦੇ ਇਹ ਚ ਆ ਜਾਣੀ ਠੇਕਾ ਘੱਟ ਜੀ ਗਿਆ ਕਿੰਨੇ ਕਰਾਈ ਆ ਜਿੰਨੀ ਪਹਿਲਾਂ ਪਾਈ ਸੀ ਪੱਕੇ ਪਕੌੜੇ ਹੋ ਗਏ ਭਾਈ ਹੋ ਗਏ ਬਾਈ ਹਵਾ ਜੀ ਸਿੱਲੀ ਜੀ ਉਹਦੇ ਕਰਕੇ ਫਰਕ ਪੈਂਦਾ ਯਾਰ ਤੁਹਾਨੂੰ ਤੇ ਪਾ ਮੈਸੇਜ ਠੰਡ ਲੱਗ ਜਾਣੀ ਜੇ ਮਿੱਟੀ ਬਹੁਤ ਠੰਡੀ ਸੀ ਹੋਰ ਉਹ ਦਿੰਦੇ ਓਵਰ ਟਾਈਮ ਲਵਾ ਲਿਆ ਕਿ ਗੋਭੀ ਦਾ ਨਬੇੜਤਾ ਮਿਣ ਕੇ ਅਸੀਂ 1500 ਬੂਟਾ ਲਿਆਂਦਾ ਤੇ ਇਹਨੂੰ ਕਹਿੰਦੇ 1500 ਬੂਟਾ ਚਾਹੀਦਾ ਬਾਈ ਨੇ ਤੱਕ ਗਲੇ ਕੱਟ ਕੇ ਦੇਤਾ ਸਾਨੂੰ ਉਹਦੇ ਵਿੱਚ ਕੋਈ ਗੁੱਟੀ ਨਹੀਂ ਬੰਨੀ ਉਹਨੇ ਕੁਛ ਗਿਣਿਆ ਵੀ ਨਹੀਂ ਹੈਗਾ ਉਹਨੇ ਇੱਥੇ ਬਾਕੀ ਸਾਡੀ ਲੇਬਰ ਬਾਈ ਖਿਜੜੇ ਲੱਗ ਗਈ ਸਾਨੂੰ ਕਹਿੰਦੇ ਤੁਸੀਂ ਜ਼ਿਆਦਾ ਲਿਆਂਦਾ ਇੱਕੜੇ ਜਾਂ ਹੁਣ ਬੂਟਾ ਗਿਣਿਆ 3 ਕੈਰੇ ਲੱਗ ਗਏ ਜੀ ਬੂਟਾ ਲੱਗ ਗਿਆ ਸਾਡਾ 2300 ਦੇ ਗੇਟ 'ਚ ਫਿਰ ਵੀ ਪਨੀਰੀ ਬਚ ਗਈ ਮਾੜੀ ਮੋਟੀ ਵੀ ਹੁਣ ਕੱਲ੍ਹ ਨੂੰ ਇਹਦੇ 'ਚ ਪਾਣੀ ਅਸੀਂ ਲਾਉਣਾ ਨਹੀਂ ਹੈਗਾ ਡੱਬਿਆਂ ਗੈਰ ਪਾਵਾਂਗੇ ਜੱਟ ਦੇ ਵਿੱਚ ਜ਼ਿਆਦਾ ਪਾਣੀ ਵੀ ਖਰਾਬ ਕਰਦਾ ਜੇ ਭਰ ਕੇ ਲਾ ਦਿਓ ਇੱਕ ਵਾਰ ਖੇਤ ਪਹਿਲਾਂ ਹੀ ਗਿੱਲਾ ਇਹ ਅੱਧਾ ਅੱਧਾ ਕੁ ਡੱਬਾ ਪੈਣਾ ਸਾਰਾ ਅਸੀਂ ਬੂਟੇ 'ਚ ਪਾ ਦਾਂਗੇ ਆਪੇ ਅਤੇ ਘੰਟਾ ਲੱਗ ਜਾਵੇ ਸਾਡਾ 2 ਘੰਟੇ ਲੱਗ ਜਾਵੇ ਬਾਕੀ ਇੱਧਰ ਵੀਰ ਨੇ ਆਪਣੀ ਧਰੀ ਵੀ ਹੈ ਕੜਾਹੀ ਦੇਸੀ ਸ਼ਿਪ ਇਹ ਵੀ ਪਨੀਰ ਦੇ ਪਕੌੜੇ ਲੱਗਿਆ ਵਾ ਕੱਢਣ ਇਹ ਲਾਂਭਾ ਤਾਰਨ ਲੱਗਿਆ ਵਾ ਕਈ ਦਿਨਾਂ ਤੱਕ ਆਇਆ ਵਾ ਇਹਨੇ ਕਹਿੰਦਾ ਬਸ ਪਨੀਰ ਦੇ ਪਕੌੜੇ ਖਾਣੇ ਆ
ਬਾਕੀ ਵੀਰ ਸਾਡੇ ਕਮੈਂਟਾਂ ਵਿੱਚ ਵੀ ਕਹਿੰਦੇ ਵੀ ਮਾਸੜ ਨੂੰ ਪਕੌੜੇ ਜ਼ਰੂਰ ਚਾਹੀਦੇ ਆ। ਬੱਲੇ ਦੇਖੋ ਬਾਈ ਕੰਮ ਦੇ ਰਿਹਾ ਕਿ ਨਹੀਂ ਅੱਜ ਪੂਰਾ। ਬਾਕੀ ਪਕੌੜੇ ਵਾਲਾ ਕੰਮ ਨਾ ਥੋੜ੍ਹਾ ਲੇਟੇ ਕਰਤਾ ਅੱਜ। ਕਿਆ ਬਣ ਗਏ? ਚੱਲ ਰਿਹਾ ਜੀ ਕੰਮ, ਹੁਣ ਕੱਚੇ ਕੱਢੇ ਵੇ ਆ, ਪੱਕੇ ਹੋ ਰਹੇ ਆ। ਚਾਹ ਆ ਗਈ ਘਰ ਤੇ? ਚਾਹ ਵੀ ਗਰਮ ਕਰਦੇ ਹਾਂ ਖੜ ਜਾ। ਹਾਂ ਚਾਹ ਗਰਮ ਜ਼ਰੂਰੀ ਹੋਣੀ ਚਾਹੀਦੀ ਆ, ਹੁਣ ਠੰਡੀ ਹੋ ਗਈ। ਕਾਲੀ ਲੂਈਆਂ ਵਾਲੇ ਬਾਕੀ ਇਹ ਤਾਂ ਠੰਡ ਜ਼ਿਆਦਾ ਲੱਗਦੀ ਹੈ। ਠੰਡ ਆ ਬਾਈ, ਬਾਕੀ ਚੱਲ ਰਿਹਾ ਜੀ ਪਨੀਰ ਦੇ ਪਕੌੜਿਆਂ ਦਾ ਕੰਮ, ਤਿਆਰੀ ਆ ਹੁਣ, ਬਸ ਪੰਜ ਸੱਤ ਮਿੰਟ ਦਾ ਕੰਮ ਰਹਿ ਗਿਆ। ਕਿੰਨਾ ਕੁ ਵੀਰੇ ਕੰਮ ਹੋਰ? ਜਿਗਣਾ ਸ਼ਿਕਾਰ ਵਾਲੇ ਨਾ, ਸ਼ਿਕਾਰੀ ਕੁੱਤੇ ਦੀ ਡੋਰੀ ਪਾ ਕੇ ਰੱਖਦੇ, ਸ਼ਿਕਾਰ ਦੇ ਟਾਈਮ ਛੱਡਣੀ ਹੈ। ਤਿੰਦੇ ਦੇ ਪੰਮੇ ਦੇ ਤਾਂ ਅਸੀਂ ਪੱਕੀ ਬੰਨੀ ਵੀ ਹੈ, ਇਹ ਦੋਵੇਂ ਤੇਜ਼ ਆ ਥੋੜੇ ਜੇ, ਬਾਕੀ ਤਾਂ ਲੰਡਰੇ ਆ, ਇਹਨਾਂ ਤੋਂ ਜਦ ਮਰਜ਼ੀ ਕਰਾ ਦੋ, ਇਹਦਾ ਤਾਂ ਕੋਈ ਇਹਨਾਂ ਕੋਲ ਸਾਨੂੰ ਤਵਾਰ ਹੈ। ਇਹ ਦੋ ਥੋੜੇ ਸ਼ਿਕਾਰੀ ਤੇ ਪੂਰਾ ਨਿਸ਼ਾਨੇ ਪਰ ਬੈਠਾ, ਪ੍ਰੀਤ ਦੇ ਪਕੌੜਿਆਂ ਦੇ ਮੂਹਰੇ ਬੈਠਾ ਚੱਕ ਕੇ ਦਿਖਾ, ਬੈਠਾ ਇਹ ਨਿਸ਼ਾਨਾ ਬੰਨਿਆ ਬੰਨਿਆ ਪਿਆ, ਤੂੰ ਚੱਕ ਕੇ ਤਾਂ ਦਿਖਾ, ਨਿਸ਼ਾਨਾ ਬੰਨੀ ਬੈਠਾ ਪਨੀਰ ਦੇ ਪਕੌੜਿਆਂ ਪਰ। ਬਾਕੀ ਬਾਈ ਪੰਮਾ ਹੈਵੀ ਜਹਾਜ਼ੀ ਨਾਲ ਦਾ ਹੀ ਆ, ਇਹ ਚੱਕ ਸਕਦਾ ਪਨੀਰ ਦਾ ਪਹਿਲਾਂ, ਤਿੰਦਾ ਪਿੱਛੇ ਵਾਲੇ ਥੋੜਾ ਸਾਡੀ ਤਾਂ ਮੱਟੀ ਚੱਲ ਜਾ, ਸ਼ਿਕਾਰ ਫੜ ਲਿਆ ਵਿੱਚ ਫੜ ਲਿਆ, ਬਾਅਦ ਚ ਫੜਨੇ ਵਾਲੇ ਤਾਂ ਪੂੰਛ ਵਾਲੇ ਪਾਸੇ। ਬਾਕੀ ਦੇਖ ਲਿਆ ਕੰਮ, ਡੀਸੀ ਸਾਹਿਬ ਵੀ ਆਏ ਸਾਡੇ ਕੋਲ, ਮਸੜ ਚਾਹ ਲਿਆ ਆ, ਕੋਈ ਬੜੀ ਗੱਲ ਨੀ, 2300 ਬੂਟਾ ਲਾ ਦੇਣਾ ਆਪਣਾ ਪਾਣੀ, ਘੰਟੇ ਦਾ ਕੰਮ ਹੈ। ਕਾਲੂ ਬਾਈ ਇੱਕ ਸੇਵਾ ਦਾ ਮੌਕਾ ਹੋਰ, ਕਾਲੂ ਸਿਆੜ ਕੱਢਦੇ ਆ, ਸੇਵਾ ਦਾ ਮੌਕਾ ਦੇਖ, ਅੱਜ ਕੱਲ ਜਿਹੜੀ ਸੇਵਾ ਦਾ ਮੌਕਾ ਹੀ ਚੱਲਦਾ, ਡੋਰੀ ਪਾਈ ਵੀ ਕੱਲ ਡੋਰੀ ਨੀ ਪਾਉਂਗੇ, ਖੁੱਲਾ ਛੱਡੂਗੇ ਹੌਸਲਾ। ਕੱਲ ਨੂੰ ਐਂ ਕਰਨਾ ਵੀ ਖੇਤਾਂ ਚ ਥੋੜ੍ਹ ਦੇ ਬਣ ਤੋਂ ਪਹਿਲਾਂ ਪਕੌੜੇ ਤਿਆਰ ਹੋਣਗੇ, ਥੱਲੇ ਪੂੰਛਾਂ ਲਟਕ ਜਾਂਦੀਆਂ। ਉਹ ਗੋਭੀ ਗੋਭੀ ਪਾ ਕੇ ਜਿਕਣਾ ਉੱਥੇ ਮੈਗੀ ਬਣਾਈ ਸੀ, ਉਕਣਾ ਬਣਾ ਦੋ ਧਰ ਲਈਏ ਬਣਾ ਲੋ ਐਸਾ ਦੇਖਣ ਲੱਗਿਆ ਫੜ ਦੇ ਖੇਤ ਨੂੰ ਲਾਉਣੀ ਹੈ, ਜਦ ਤਾਂ ਦੇ ਮੈਸੇਜ ਲੈ ਮੈਸੇਜ। ਹੈਲੋ, ਕੱਲ ਨੂੰ ਸਿਆੜ ਕੱਢ ਦੇਣੇ ਬਾਈ, ਬੂਟੇ ਹੋਰ ਲਿਆਉਣੇ, ਬਾਕੀ ਦੱਸ ਦਿਓ ਕਿਆ ਖਾਣਾ ਹੋਇਆ। ਮੈਂ ਤਾਂ ਕਹਿੰਦਾ ਕੱਲ ਨੂੰ 2 ਕਿਲੋ ਪਨੀਰ ਉੱਥੇ ਤੇ ਫੜ ਲਿਆ, ਉਹ ਪਨੀਰੇ ਬਣਾ ਲੋ ਨੇਰੇ ਪਕੌੜੇ। ਬਾਕੀ ਅੱਜ ਦਾ ਕੰਮ ਹੋਇਆ ਵਾ, ਕਹਿੰਦਾ ਜੰਗਲ ਵਿੱਚ ਮੰਗਲ ਲਾ ਦਿੰਦੇ, ਜਿੱਥੇ ਹੋ ਜੇ ਬਾਸਾ ਸੰਤਾਂ ਦਾ, ਬਸ ਸੰਤਾਂ ਨਾਲ ਦੇ ਸਾਰੇ ਜਿਹੜੇ ਬੈਠੇ ਆ, ਰੱਬ ਦਾ ਹੀ ਰੂਪ ਆ ਇਹ, ਅੱਜ ਜੰਗਲ 'ਚ ਮੰਗਲ ਲੱਗਿਆ ਵਾ, ਪਹੀ ਦੇ ਵਿੱਚ ਚੜਾਈ ਵੀ ਕੜਾਈ ਇਹਦਾ ਮਜ਼ਾ ਰੋਕ ਕੇ ਬਿਠਾ ਲਿਆ ਆਪਾਂ। ਗੋਭੀ ਦਾ ਰੇਟ ਬਹੁਤ ਹੈ, 27 ਰੁਪਏ ਹੋ ਗਿਆ ਕਹਿੰਦੇ, 26-27 ਰੁਪਏ ਕਿਲੋ। ਉਹ ਤਾਂ ਬਾਬੇ ਮੰਡੀ ਰੇੜੀਆਂ ਝੱਲੀਆਂ ਤੋੜ ਲੈ, ਹੁਣ ਉੱਥੇ ਚੱਲਦੇ ਗੋਭੀ ਸਾਡੇ ਵੀ ਲੱਗੀ ਵੀ ਗੋਭੀ ਸੁਣੋ, ਲੇਟ ਨਾ ਕਰੋ, ਗੋਭੀ ਲਾ ਦੂ ਕੱਲ ਨੂੰ, ਫਰਕ ਪੈ ਜਾਣਾ ਗੈਪ।
ਪਰਸੋਂ ਕਰੋ ਕਲਾੜੀ ਫਿੱਟ ਗੁੜ ਕੱਢੀਏ ਫਿਰ ਉਹ ਬਾਈ ਉਹ ਨਹੀਂ ਮੇਰੀ ਗੱਲ ਸੁਣ ਲੈ ਬੰਮੇ ਬਾਈ ਉਹ ਗੱਲ ਦੇਖਣਾ ਬੋਲ ਜਾ ਦੇਖਦੀ ਆ ਡੇਢ ਹਲਾ ਦਈਏ ਸਿਆਣ ਕਰ ਦੋ ਇਹਦੇ ਤੇ ਪਾਣੀ ਪਾ ਦੋ ਉਹਦੀ ਕਲਾੜੀ ਫਿੱਟ ਕਰ ਦੋ ਮਾਛੜ ਉਹ ਮਾਛੜ ਲਓ ਜੀ ਗੁਰਪ੍ਰੀਤ ਤਿਆਰ ਆ ਬਾਈ ਪੈ ਜਾ ਟੁੱਟ ਕੇ ਟੁੱਟ ਕੇ ਹੀ ਪੈਣਾ ਵੰਡਣੇ ਆ ਬਾਈ ਵੰਡਣੇ ਆ ਦੇਖ ਲੈ ਪੰਜ ਪੰਜ ਆਏ ਹੋਏ ਆਰਡਰ ਆਇਆ ਵਾ ਬਾਈ ਪ੍ਰਧਾਨ ਆਇਆ ਇਹ ਪੰਜ ਦੇ ਉੱਪਰ ਨਹੀਂ ਦੇਣਾ ਪ੍ਰਧਾਨ ਲੈ ਬਈ ਪ੍ਰਧਾਨ ਨੂੰ ਫੋਨ ਕਰਦਾ ਕਹਿੰਦਾ ਮੈਂ ਰੋਪੜ ਦਾ ਡਕੋਲ ਫੜ ਕੇ ਰੱਖੋ ਦੋ ਬਾਈ ਪਨੀਰ ਵਾਲੇ ਪਕੌੜੇ ਚੱਲ ਪਏ ਬੰਡਰ ਤੇ ਬਾਈ ਸਾਰਿਆਂ ਨੂੰ ਪੰਮੇ ਨੇ ਪੰਜ 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 ਆਏ ਪੰਮੜੀ ਹੋ ਜਾ ਗਾਤਾਂ ਨੂੰ ਪੰਮੇ ਦੀ ਤਖੜੀ ਬਾਈ ਤੇਰਾ ਤੇਰਾ ਇੰਦੋਲਦੀ ਮੈਨੂੰ ਚਾਰੇ ਦਿੱਤੇ ਇੱਕ ਮੈਂ ਦੇਖੋ ਤਿੰਨ ਮੇਰੇ ਤੇਲੀ ਫਿਰ ਬਾਈ ਚੌਥਾ ਮੇਰੇ ਹੱਥ ਚ ਡਾ ਪਰ ਤਿੰਨ ਤਾਂ ਅੱਖਾਂ ਨਹੀਂ ਕਰਦਾ ਕਿਸੇ ਨਾਲ ਆਦੇ ਚਾਰ ਇੱਧਰ ਹੱਥ ਜੀ ਪੰਜਵਾਂ ਖਾਂਦਾ ਤੂੰ ਖਾ ਗਿਆ ਤਿੰਨ ਖਾ ਗਿਆ ਨਹੀਂ ਜੂਏ ਖਾਦੇ ਪੰਮਾ ਤੇਰਾ ਤੇਰਾ ਇੰਦੋਲਦਾ ਮੈਨੂੰ 12 ਕਰਕੇ ਤਿੰਨ ਜਿਹੜੇ ਬਦਲਣੇ ਬਾਪੂ ਵਾਲੇ ਬਦਲਣੇ ਆਹੋ ਜਿਹੜੇ ਅੰਦੋਲੇ ਹਲੇ ਇਧਰ ਪੂਰੇ ਦੇ ਦਿੱਤੇ ਨਾ ਦੇਖ ਲੈ ਇਧਰ ਨੂੰ ਦੇ ਦੇ ਜੇ ਹੁਣ ਜਾਂ ਪਕੌੜਿਆਂ ਨੂੰ ਐ ਦੇਖਦਾ ਦਿੰਦੇ ਹੁੰਦੇ ਮੇਰੇ ਉਹ ਸਾਡਾ ਬਜਲਾ ਨਵੇੜ ਆਊਗਾ ਹਾਂ ਇਹ ਰੋਟੀ ਦੀ ਭੁੱਖ ਮਾਰ ਲੈਣੀ ਹੈ ਹਾਂ ਇੱਕ ਹੋਰ ਲੈ ਮੇਤੇ ਰੋਟੀ ਵੀ ਚਾਹੀਦੀ ਜੇ ਰੋਟੀ ਭੁੱਖ ਮਾਰ ਲਈ ਬਾਹਰ ਨੂੰ ਆ ਗਏ ਭਾਈ ਪੰਜ ਆ ਗਏ ਆ ਸੁਖ ਨੂੰ ਲੋਕੀ ਤਾਂ ਲੈ ਤੇ ਪੰਜ ਲੈ ਭਾਈ ਦਾ ਮੈਂ ਤਾਂ ਭਾਈ ਦੋ ਹੀ ਲਏ ਆ ਤੇ ਤਿੰਨ ਦੇ ਮਿਲ ਗਈ ਸੀ ਆ ਮੈਨੂੰ ਨਹੀਂ ਬਸ ਮੈਂ ਤਾਂ ਮੈਨੂੰ ਦੇ ਦੇ ਤਿੰਨ ਕੁ ਵਾਰ ਦੇ ਵਾਲੇ ਇਹ ਫੜੋ ਬਸ ਹਾਂ ਚੱਲ ਤੇਲ ਬਹੁਤ ਹੈ ਰੋਟੀ ਖਾਣੀ ਲੈ ਬੜਾ ਹਾਂ ਮੈਂ ਲੈਣਾ ਮੱਠ ਲੈ ਲੈ ਫਲਾਈ ਕਰੇ ਤੇ ਜਦੀ ਲੱਗਿਆ ਬਾਈ ਜੀ ਹੋਰ ਪਹਿਲਾਂ ਦੇਖੋ ਸਮਾਨ ਵਧੀਆ ਬਣਾਇਆ ਹੋਇਆ ਜੀ ਬਾਕੀ ਆਪਣੇ ਸਬਰ ਨਹੀਂ ਹੁੰਦਾ ਇਹ ਬਣਾ ਬਣਾ ਕੇ ਦੇਖ ਲਾ ਇਹ ਸਬਰ ਕਰ ਰਿਹਾ ਹੈ ਆਪਾਂ ਤੇ ਦੇਖ ਲਿਆ ਤਾਂ ਕੰਦੇ ਰਸੇ ਤੜਾਉਂਦਾ ਦਿੰਦਾ ਤਾ ਜੇ ਤੰਦਾ ਬਣਾਉਂਦਾ ਤਾਂ ਕੀ ਹਾਲ ਹੋਣਾ ਨਾਲ ਦੀ ਨਾਲੇ ਖਾ ਲੈਣੇ ਤੇ ਪਨੀਰ ਵਾਲੇ ਮਿਲ ਲਈ ਤੇ ਪਨੀਰ ਵਾਲੇ ਤੇ ਚਲੋ ਠੀਕ ਆ ਬਾਈ ਜੀ ਹੁਣ ਉਹ ਰਹਿ ਗਿਆ ਆਪਣਾ ਪਰਲੀ ਸਾਈਡ ਕੱਲੂ ਦੇਖਦੇ ਨਹੀਂ ਪਰਸੋਂ ਨੂੰ ਸਿਆੜ ਕੱਢ ਕੇ ਲਾਉਣੀ ਉਹਨੂੰ ਸਿਆੜ ਕੱਢ ਕੇ ਲਾਉਣੀ ਗੋਭੀ ਆਪਾਂ ਨੇ ਬਚ ਵੀ ਗਈ ਥੋੜੀ ਜੀ ਆਪਣੇ ਕੋਲ ਚਲੋ ਠੀਕ ਹੈ ਚੱਲਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚੋਲੀ ਸਿਲੰਡਰੀ ਕਿੱਥੇ ਆ ਚੋਲੀ ਸਿਲੰਡਰੀ ਗੋਭੀ ਦਿਖਾ ਦੇ ਮੜ ਚੋਲੀ ਚੱਕੋ ਸਮਾਂ ਚਲੀਏ ਬਾਈ ਫਿਰ ਚੰਗਾ ਸਤਿ ਸ੍ਰੀ ਅਕਾਲ ਆਦਾਬ ਸਤਿ ਸ੍ਰੀ ਅਕਾਲ ਨਮਸਕਾਰ ਇਹ ਲੈ ਚਲੀਏ ਬੱਲੇ ਦੇ ਕੰਮ ਤਾਂ ਪੂਰਾ ਭਰਿਆ ਹੋਇਆ ਦੇਖੋ ਕੁਆਲਿਟੀ ਆਹ ਬੱਲੇ ਦੀ ਕੁਆਲਿਟੀ ਚਲੀਏ ਫਿਰ ਸਮਾਂ ਚੱਕ ਲੈ।